ਅੱਜ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਹੈ ਜੋ ਉਹ ਕੀਤੀ ਗਈ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਤਿ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਜਿਹੜੀ ਉਹ ਪੰਜਾਬ ਦੇ ਵੱਖ ਵੱਖ ਹਲਕਿਆਂ ਦੇ ਵਿੱਚੋਂ ਜਾਂਦੇ ਹੋਏ ਆਰੰਭ ਕੀਤੀ ਹੋਈ ਹੈ ਤਕਰੀਬਨ 1 ਮਹੀਨੇ ਤੋਂ। ਉਸ ਪੜਾਅ ਦੇ ਵਿੱਚ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਵਾਰੀ 5 ਤਰੀਕ ਨੂੰ ਆਉਣੀ ਹੈ। 5 ਤਰੀਕ ਨੂੰ ਸਵੇਰੇ 10 ਵਜੇ ਯਾਤਰਾ ਆਰੰਭ ਕਰਕੇ ਜਿਹੜੇ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ 9 ਹਲਕੇ ਨੇ ਉਹ ਪੜਾਅ ਬਾਈ ਪੜਾਅ ਪੂਰੇ ਕੀਤੇ ਜਾਣਗੇ। ਆਪਣੇ ਤੋਂ ਬਾਅਦ ਮਲੋਹ ਹਲਕੇ 'ਚ ਉਹ ਐਂਟਰ ਕਰਨਗੇ ਔਰ ਉਹਦੇ ਵਿੱਚ ਵਰਕਰਾਂ ਨੂੰ ਅਪੀਲ ਕੀਤੀ ਗਈ ਹੈ ਅੱਜ ਵੱਧ ਤੋਂ ਵੱਧ ਟਰੈਕਟਰ ਮੋਟਰਸਾਈਕਲ ਲੈ ਕੇ ਆਉਣ ਤਾਂ ਕਿ ਜਿਵੇਂ ਦੂਸਰੇ ਹਲਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਯਾਤਰਾ ਗਈ ਆ ਉਸੇ ਤਰੀਕੇ ਨਾਲ ਆਪਣੇ ਹਲਕੇ ਦੇ ਵਿੱਚ ਵੀ ਇਹਦਾ ਜਿਹੜਾ ਇੱਕ ਪ੍ਰਬੰਧ ਆ ਉਹ ਕਰਕੇ ਯਾਤਰਾ ਕੱਢੀ ਜਾਵੇ। ਰੈਲੀ ਵਗੈਰਾ ਹੋਊਗੀ ਕਿ ਚੱਲਦੀ ਰਹੂਗੀ? ਨਹੀਂ ਚੱਲਦੀ ਜੀ, ਜਿੱਥੇ ਕੋਈ ਗੈਦਰਿੰਗ ਵੱਧ ਹੋਊਗੀ ਉੱਥੇ ਉਹ ਸੰਬੋਧਨ ਵੀ ਕਰਨਗੇ ਔਰ ਇਹ ਚੱਲਦੀ ਰਹਿਣੀ ਹੈ। ਆਪਣੇ ਕਿੱਥੇ ਰੱਖਿਆ ਜੀ ਸੰਬੋਧਨ? ਇੱਥੇ ਅਜੇ ਪਲੈਨ ਆਊਟ ਨਹੀਂ ਕੀਤਾ। ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੇ ਸਥਾਨ 'ਤੇ ਨਮਸਕਾਰ ਕਰਕੇ ਇੱਥੋਂ ਯਾਤਰਾ ਜਿਹੜੀ ਉਹ ਆਰੰਭ ਕਰਾਂਗੇ। ਅਸੀਂ ਕਿੰਨੇ ਵਜੇ ਸ਼ੁਰੂ ਹੋਏਗੀ? 10 ਵਜੇ, 5 ਤਰੀਕ ਨੂੰ ਸਵੇਰੇ 10 ਵਜੇ। ਅੱਜ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਇੱਕ ਸਮੁੱਚੇ ਸਾਡੇ ਅਕਾਲੀ ਦਲ ਦੇ ਸਾਰੇ ਲੀਡਰ ਸਾਹਿਬਾਨ ਔਰ ਸਾਡੇ ਸਰਕਲਾਂ ਦੇ ਪ੍ਰਧਾਨ ਸਾਹਿਬਾਨ ਅਤੇ ਸਮੁੱਚੇ ਵਰਕਰਾਂ ਦੀ ਇੱਕ ਭਰਵੀਂ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਜੋ ਪੂਰੇ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਆਰੰਭ ਕੀਤੀ ਹੋਈ ਹੈ ਉਹ ਜਿਹੜੀ ਆਉਣ ਵਾਲੀ 5 ਤਰੀਕ ਨੂੰ ਇੱਥੇ ਸ਼੍ਰੀ ਫਤਿਹਗੜ੍ਹ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਯਾਤਰਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਣੀ ਹੈ। ਸੋ ਅੱਜ ਜਿੱਥੇ ਵਰਕਰਾਂ ਦੇ ਸਾਰਿਆਂ ਦੇ ਇਸ ਯਾਤਰਾ ਨੂੰ ਸਫਲ ਕਰਨ ਲਈ ਉਹਨਾਂ ਦੇ ਸਾਰਿਆਂ ਦੇ ਵਰਕਰਾਂ ਦੇ ਸੁਝਾਅ ਲਏ ਗਏ ਨੇ ਉੱਥੇ ਪਿੰਡ ਪਿੰਡ ਸ਼ਹਿਰਾਂ ਦੇ ਮੁਹੱਲਿਆਂ ਦੇ ਵਿੱਚ ਜਿਹੜੀ ਹੈ ਸਾਰੇ ਵਰਕਰਾਂ ਦੀ ਸਾਰੇ ਸਰਕਲ ਜਥੇਦਾਰਾਂ ਦੀ ਸਾਰੇ ਆਗੂਆਂ ਨੇ ਆਪਣੀ ਆਪਣੀ ਜ਼ਿੰਮੇਵਾਰੀਆਂ ਨੇ ਜਿਹੜੀਆਂ ਸਾਂਭੀਆਂ ਨੇ। ਸੋ ਸਾਨੂੰ ਉਮੀਦ ਆ ਕਿ ਜੋ ਜਿਵੇਂ ਦਾ ਅੱਜ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ ਜਿਵੇਂ ਅੱਜ ਪੰਜਾਬ ਦੇ ਲੋਕ ਜਿਹੜੀਆਂ ਜਿੰਨੀਆਂ ਵੀ ਪਾਰਟੀਆਂ ਚਾਹੇ ਭਾਵੇਂ BJP ਹੈ ਜਾਂ ਕਾਂਗਰਸ ਪਾਰਟੀ ਹੈ ਜਾਂ ਆਮ ਆਦਮੀ ਪਾਰਟੀ ਹੈ ਉਹਨਾਂ ਨੂੰ ਸਾਰਿਆਂ ਨੂੰ ਜਿਹੜੀਆਂ ਅੱਜ ਜਿਹੜੇ ਉਹਨਾਂ ਦੀਆਂ ਪੋਲਿਸੀਆਂ ਤੋਂ ਸਾਰੇ ਲੋਕ ਨੇ ਜਿਹੜੇ ਪੰਜਾਬ ਦੇ ਲੋਕ ਅੱਕੇ ਹੋਏ ਨੇ ਔਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬੀਆਂ ਦੀ ਪਾਰਟੀ ਹੈ ਜਿਹੜੀ ਖੇਤਰੀ ਪਾਰਟੀ ਹੈ ਪੰਜਾਬ ਦੀ ਅੱਜ ਉਹ ਉਸ ਪਾਰਟੀ ਦੇ ਨਾਲ ਜਿਹੜੇ ਲੋਕ ਤੁਰਨ ਲਈ ਜਿਹੜੇ ਆਹ ਮੁਹਾਰੇ ਨਾਲ ਜੁੜ ਰਹੇ ਨੇ। ਸੋ ਸਾਨੂੰ ਉਮੀਦ ਆ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਜਿੱਥੇ ਅਸੀਂ ਇਹਨਾਂ ਸਾਰੀਆਂ ਪਾਰਟੀਆਂ ਦੀਆਂ ਜਿਹੜੀਆਂ ਖਾਮੀਆਂ ਨੇ ਜਾਂ ਜਿਹੜੇ ਇਹਨਾਂ ਦਾ ਚਿਹਰਾ ਨੰਗਾ ਕਰਨਾ ਉੱਥੇ ਸਾਨੂੰ ਵੱਧ ਤੋਂ ਵੱਧ ਜਿਹੜੇ ਵਰਕਰ ਨੇ ਜੁੜ ਕੇ ਇਸ ਪੰਜਾਬ ਬਚਾਓ ਯਾਤਰਾ ਨੂੰ ਜਿਹੜੇ ਸਫਲ ਕਰਨਗੇ। 1 ਮਹੀਨੇ ਤੋਂ ਯਾਤਰਾ ਚੱਲ ਰਹੀ ਹੈ, ਤੁਸੀਂ ਕਿਵੇਂ ਦੇਖ ਰਹੇ ਸੀ ਬਾਦਲ ਸਾਹਿਬ ਨਾਲ ਜੁੜ ਰਹੇ ਹਨ ਲੋਕ? ਦੇਖੋ ਜੇ ਅੱਜ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਲੋਕ ਜੁੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਲੋਕ ਜੁੜ ਰਹੇ ਨੇ ਤਾਂ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਡਟ ਕੇ ਆਪਣੀਆਂ ਗੱਲਾਂ 'ਤੇ ਖੜਾ ਕਿ BJP ਨਾਲ ਇਸੇ ਕਰਕੇ ਉਹਨਾਂ ਦੇ ਸਾਹਮਣੇ ਅੱਜ ਸ਼ਰਤਾਂ ਰੱਖੀਆਂ ਨੇ ਵੀ ਜੇ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਔਰ ਜਿਹੜੇ ਦੂਜਾ ਮਸਲਾ ਜਿਹੜਾ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਸਾਰੀਆਂ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ ਜੋ ਕਿਸੇ ਪਿਛਲੇ ਸਮੇਂ ਕਮਿਟਮੈਂਟ ਕਰਕੇ ਜਿਹੜੀ ਕੇਂਦਰ ਸਰਕਾਰ ਮੁਕਰੀ ਔਰ ਇਸੇ ਕਰਕੇ ਸਾਰੇ ਜਿਹੜੀਆਂ ਲੋਕਾਂ ਦੀ ਆਵਾਜ਼ ਨੂੰ ਦੇਖ ਕੇ ਸ਼੍ਰੋਮਣੀ ਅਕਾਲੀ ਦਲ ਆਪਣੀ ਗੱਲ 'ਤੇ ਖੜਾ ਤੋ ਸਾਨੂੰ ਵੀ ਪੂਰੀ ਉਮੀਦ ਹੈ ਵੀ ਉਹ ਸਮੁੱਚੀ ਪੰਜਾਬ ਦੇ ਜਿਹੜੇ ਨਿਵਾਸੀ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਸ ਫੈਸਲੇ ਨੂੰ ਦੇ ਨਾਲ ਜਿਹੜੇ ਡਟ ਕੇ ਖੜਨਗੇ।